मुर्दाबाद, मुर्दाबाद एरिए च कब्जे करने वाला प्रशासन मुर्दाबाद, मुर्दाबाद किसान जमीन के कब्जे नहीं होंगे, इन्हों पिछले पैड़ी मोड़ के रहेंगे, किसान अपनी जमीन नहीं छड़नगे, किसान मजदूर का एक जिंदाबाद, झूठा प्रशासन मुर्दाबाद, कब्जे करवाने वाला प्रशासन मुर्दाबाद, जमीन के कब्जे नहीं होंगे, जमीन के कब्जे नहीं होंगे, इतों का टीड प्रशासन मुर्दाबाद, मुर्दाबाद का डीसी ते एडी मुर्दाबाद, मुलाजमान और किसानों का टकराव कराने वाला प्रशासन मुर्दाबाद, मुलाजमान के किसानों का टकराव कराने वाला प्रशासन मुर्दाबाद, किसानों मजदूरों का एक जिंदाबाद, जमीना के कब्जे नहीं होंगे, जमीना के कब्जे नहीं होंगे, इतों का प्रशासन मुर्दाबाद, अंधेरे च कब्जे कराने वाला प्रशासन मुर्दाबाद। अज जी इत्थे अपना पिंड दीनेवाल जहांगीर एरिए दे विच अपना तड़के 4 बजे जिहड़ा प्रशासन आ उह अपने नाल पुलिस दीआं धाड़ां लेके जेसीबीआं लेके होर साजो समान लेके किसानां दीआं जमीनां ते कब्जे करन आया, जिहड़ा नैशनल हाईवे निकलना रोड निकलना, क्योंकि लोगों नूं अज तक पूरा मुआवजा नहीं मिलिया, लोगों ने जमीनां डक्कियां वा ਵੀ ਉਹ ਜ਼ਮੀਨਾਂ ਦੇਣ ਨੂੰ ਆਪਣੀਆਂ ਤਿਆਰ ਨਹੀਂ ਆ। ਉਹ ਧੱਕੇ ਦੇ ਨਾਲ ਜਦੋਂ ਜ਼ਮੀਨਾਂ ਦੇ ਕਬਜ਼ੇ ਲੈਣਾ ਆ, ਜਦੋਂ ਪਤਾ ਲੱਗਾ ਜਥੇਬੰਦੀ ਨੂੰ ਲੋਕਾਂ ਨੂੰ, ਉਹ ਫਿਰ ਲੋਕ ਨਿਕਲ ਕੇ ਆਏ ਆ, ਪ੍ਰਸ਼ਾਸਨ ਦਾ ਵਿਰੋਧ ਕੀਤਾ, ਜਦੋਂ ਵੱਡੇ ਪੱਧਰ ਦੇ ਵਿਰੋਧ ਹੋਇਆ ਵਾ ਅਤੇ ਪ੍ਰਸ਼ਾਸਨ ਨੂੰ ਮੋੜਨਾ ਪਿਆ, ਅਤੇ ਉਹ ਜਿਹੜੀ ਜ਼ਮੀਨ ਇਹਨਾਂ ਨੇ ਵੱਟਾਂ ਪਾ ਕੇ ਕਬਜ਼ਾ ਕੀਤਾ ਸੀ, ਉਹ ਕਿਸਾਨਾਂ ਨੇ ਸਾਰਾ ਕਬਜ਼ਾ ਤੋੜ ਕੇ ਆਪਣੀ ਜਿਹੜੀ ਫਸਲ ਆ ਦੁਬਾਰਾ ਬੀਜਤੀ ਆ, ਹੁਣ ਉਹ ਜ਼ਮੀਨ ਦੇ ਕਿਸਾਨ ਮਾਲਕ ਆ। ਇੱਥੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਇਹ ਚੋਰਾਂ ਦੀ ਤਰ੍ਹਾਂ ਰਾਤ ਨੂੰ ਆਣ ਕੇ ਜ਼ਮੀਨਾਂ 'ਤੇ ਕਬਜ਼ੇ ਨਹੀਂ ਕਰਨ ਦੇਵਾਂਗੇ, ਕਿਉਂਕਿ ਸਾਡਾ ਇਤਿਹਾਸ ਪੁਰਾਣਾ ਰਿਹਾ ਵੀ ਜਦੋਂ ਕੋਈ ਸਿੱਧਾ ਸਾਡੇ ਨਾਲ ਟੱਕਰਦਾ ਉਹਨੂੰ ਮੂੰਹ ਦੀ ਖਾਣੀ ਪਈ ਆ, ਜੇ ਗੱਲ ਕਰਨੀ ਆ ਤਾਂ ਟੇਬਲ 'ਤੇ ਬਹਿ ਕੇ ਕਰੇ, ਇੱਕ ਸਾਰ ਨੀਤੀ ਲਿਆਵੇ ਅਤੇ ਫਿਰ ਜ਼ਮੀਨਾਂ 'ਚ ਕਿਤੇ ਗੱਲ ਕਰਕੇ ਕਿਸਾਨ ਦੀ ਸਹਿਮਤੀ ਨਾਲ ਜ਼ਮੀਨ ਮਿਲਦੀ ਤਾਂ ਲਵੇ, ਨਹੀਂ ਤਾਂ ਇੱਦਾਂ ਨਹੀਂ, ਕਿਉਂਕਿ ਕਿਤੇ 1 ਕਰੋੜ 18 ਲੱਖ ਅਤੇ ਕਿਤੇ 35-40 ਲੱਖ ਰੁਪਈਆ ਜਿਹੜਾ ਉਹ ਜਿਹੜਾ ਸਾਨੂੰ ਮਨਜ਼ੂਰ ਨਹੀਂ ਆ। ਇੱਕ ਸਾਰ ਮੁਆਵਜ਼ੇ ਦੀ ਅਸੀਂ ਮੰਗ ਕਰਦੇ ਹਾਂ ਅਤੇ ਜੇ ਪ੍ਰਸ਼ਾਸਨ ਬਹਿ ਕੇ ਨਹੀਂ ਨਿਬੜਦਾ ਚੋਰਾਂ ਦੀ ਤਰ੍ਹਾਂ ਆਉਂਦਾ, ਜਿੱਥੇ ਵੀ ਚੜ ਕੇ ਆਊਗਾ ਉੱਥੇ ਪ੍ਰਸ਼ਾਸਨ ਨੂੰ ਮੋੜਾਂਗੇ। ਆ ਜ਼ਮੀਨ ਦਾ ਤੁਸੀਂ ਵਿਖਾ ਦਿਓ, ਜ਼ਮੀਨ ਦਾ ਕਬਜ਼ਾ ਦੁਬਾਰਾ ਫਿਰ ਕਿਸਾਨਾਂ ਨੇ ਕਰ ਲਿਆ ਵਾ, 1 ਇੰਚ ਜ਼ਮੀਨ ਜਿਹੜੀ ਆ ਉਹ ਸਰਕਾਰ ਨੂੰ ਬਿਨਾਂ ਕਿਸਾਨ ਦੀ ਸਹਿਮਤੀ ਤੋਂ ਨਹੀਂ ਦੇਵਾਂਗੇ।